ਦੁੱਖ ਦੂਰ ਕਰਨ ਮਹਿਲਾ ਜਾ ਰਹੀ ਸੀ ਮਾਤਾ ਦੇ। ਰਸਤੇ 'ਚ ਬਾਬੇ ਬਣ ਕੇ ਆਏ ਲੁਟੇਰੇ, ਲੁੱਟ ਕੇ ਲੈ ਗਏ ਸੋਨੇ ਦੀਆਂ ਚੂੜੀਆਂ। ਤਾਂ ਇੱਕ ਬਜ਼ੁਰਗ ਮਾਤਾ ਨੂੰ ਗੱਲਾਂ ਦੇ ਵਿੱਚ ਲਗਾ ਕੇ ਲੁਟੇਰੇ ਉਹਨਾਂ ਤੋਂ ਸੋਨੇ ਦੀਆਂ ਚੂੜੀਆਂ ਲੁਹਾ ਕੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਬਾਬੇ ਬਣ ਕੇ ਆਏ ਸੀ ਜਿਨ੍ਹਾਂ ਦੇ ਨਾਲ ਇੱਕ ਔਰਤ ਵੀ ਸ਼ਾਮਿਲ ਸੀ। ਤਾਂ ਪੂਰਾ ਮਾਮਲਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਮਹਿਲਾ ਮੰਦਰ ਜਾ ਰਹੀ ਸੀ। ਤਾਂ ਇਸ ਨੂੰ ਦੋ ਵਿਅਕਤੀਆਂ ਅਤੇ ਇੱਕ ਔਰਤ ਦੇ ਵੱਲੋਂ ਰਸਤੇ ਦੇ ਵਿੱਚ ਰੋਕ ਕੇ ਗੱਲਾਂ 'ਚ ਲਾ ਲਿਆ ਗਿਆ। ਤਾਂ ਮਾਤਾ ਅਨੁਸਾਰ ਇੱਕ ਵਿਅਕਤੀ ਉਸ ਨੂੰ ਕਹਿਣ ਲੱਗਿਆ ਕਿ ਮਾਤਾ ਤੁਹਾਨੂੰ ਦੁੱਖ ਬਹੁਤ ਹੈ, ਤੁਹਾਡੇ ਦੁੱਖ ਦੂਰ ਹੋ ਜਾਣਗੇ। ਉਸਨੇ 100 ਰੁਪਏ ਫੂਕ ਮਾਰ ਕੇ ਮਾਤਾ ਨੂੰ ਦਿੱਤੇ ਅਤੇ ਫਿਰ ਚੁੰਨੀ ਨਾਲ ਕੋਈ ਚੀਜ਼ ਬੰਨ ਦਿੱਤੀ। ਤਾਂ ਇਸ ਦੌਰਾਨ ਉਸਨੇ ਹੱਥਾਂ 'ਚ ਪਾਈਆਂ ਚੂੜੀਆਂ ਉਤਾਰਨ ਦੇ ਲਈ ਆਖਿਆ। ਤਾਂ ਚੂੜੀਆਂ 'ਤੇ 100 ਰੁਪਏ ਉਸਦੇ ਵੱਲੋਂ ਇੱਕ ਅਖਬਾਰ ਦੇ ਵਿੱਚ ਰੈਪ ਕਰਕੇ ਮਾਤਾ ਨੂੰ ਫੜਾ ਦਿੱਤੇ ਜਾਂਦੇ ਨੇ ਕਿ ਉਹ ਕਿਸੇ ਨੂੰ ਇਸ ਬਾਰੇ ਨਾ ਦੱਸੇ ਅਤੇ ਸਿੱਧਾ ਘਰੇ ਜਾ ਕੇ ਹੀ ਇਸ ਨੂੰ ਖੋਲ੍ਹੇ। ਤਾਂ ਉਹਨਾਂ ਨੇ ਕੁਝ ਇਸ ਤਰੀਕੇ ਦਾ ਹੀ ਕੀਤਾ, ਪਰ ਜਦੋਂ ਉਹ ਘਰ ਜਾ ਕੇ ਵੇਖਦੇ ਨੇ ਅਤੇ ਅਖਬਾਰ ਖੋਲ੍ਹਿਆ ਤਾਂ ਉਸਦੇ ਵਿੱਚ ਕੁਛ ਨਹੀਂ ਹੁੰਦਾ, ਜਿਸ ਨੂੰ ਵੇਖ ਕੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਹੈ ਅਤੇ ਫਿਰ ਪੁਲਿਸ ਦੇ ਵੱਲੋਂ ਹੁਣ CCTV ਵੀ ਖੰਗਾਲੀ ਜਾ ਰਹੀ ਹੈ, ਜਿਸ ਦੇ ਵਿੱਚ ਇਹ ਲੁਟੇਰੇ ਕੈਦ ਵੀ ਹੋਏ ਨੇ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਇਹ ਉਹੀ ਲੁਟੇਰੇ ਨੇ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਤਾਂ ਬਜ਼ੁਰਗ ਮਹਿਲਾ ਨੂੰ ਰਸਤੇ ਦੇ ਵਿੱਚ ਰੋਕ ਕੇ ਪਹਿਲਾਂ ਗੱਲਾਂ 'ਚ ਲਾਇਆ ਗਿਆ ਅਤੇ ਫਿਰ ਇਹ ਉਹਨਾਂ ਤੋਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਜਾਂਦੇ ਨੇ। ਦੋ ਜਣੇ ਤੇ ਇੱਕ ਸੀ, ਇੱਕ ਜਣਾ ਇੱਕ ਸੀ। ਕਿੰਨੇ ਵਜੇ ਦੀ ਘਟਨਾ ਇਹ? 10 ਤੋਂ ਪਹਿਲਾਂ ਦੀ ਗੱਲ ਹੈ। ਕੀ ਕਿਹਾ ਗਿਆ ਸੀ ਤੁਹਾਡੇ? ਮੈਨੂੰ ਕਹਿੰਦੇ ਸਾਡੇ ਘਰ 'ਚ ਦੁੱਖ ਬਹੁਤ ਨੇ, ਤੁਹਾਨੂੰ ਅਸੀਂ ਦਿੰਦੇ ਹਾਂ ਕੁਛ ਅਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ। ਕਿੰਨੇ ਵਜੇ ਦੀ ਘਟਨਾ ਹੈ? ਕਿੰਨੇ ਜਣੇ ਸੀ? ਕਾਹਦੇ ਤੇ ਆਏ ਸੀ? ਮੋਟਰਸਾਈਕਲ ਤੇ। ਤੁਸੀਂ ਕਿੱਥੇ ਆਏ ਸੀ? ਮੈਂ ਮੰਦਰ ਆਈ ਸੀ, ਮੰਦਰ ਮੈਂ ਰੋਡ ਤੇ ਘਟਨਾ ਵਾਪਰੀ ਹੈ, ਬੈਂਕ ਰੋਡ ਤੇ। ਉਹਨਾਂ ਨੇ ਗੱਲਾਂ ਲੈ ਲਿਆ, ਤੁਹਾਨੂੰ ਕਿਹਨਾਂ ਲੱਗਿਆ ਆ ਤੁਸੀਂ ਆਪਦਾ ਗੋਲਡ ਲਾ ਦਿਓ, ਤੇ ਉਹਨੇ ਇੱਕ ਦਿੱਤਾ ਪਹਿਲਾਂ, ਕਹਿੰਦਾ ਚੁੰਨੀ ਤੁਹਾਡੇ ਮੈਂ ਪ੍ਰਸ਼ਾਦ ਪਾਨ ਕੁਛ ਮਰਜ਼ੀ ਕਹਿ ਲਓ। ਉਹਨਾਂ ਨੇ ਵਿੱਚ ਪਾ ਕੇ 100 ਰੁਪਇਆ ਤੇ ਵਿੱਚ ਇੱਕ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਹੀਰ ਕੁਛ ਪਾਇਆ ਹੋਣਾ, ਤੇ ਉਹ ਕਹਿੰਦੇ ਕਹਿੰਦਾ ਉਹਦੇ ਵਿੱਚ ਉਹਦੇ 'ਚ ਮੇਰੀਆਂ ਚੂੜੀਆਂ ਰਖਵਾ ਲਈਆਂ, ਤੇ ਉਹਨਾਂ ਨੇ ਕਹਿੰਦਾ ਮੈਂ ਆਪਦੇ ਕੋਲੋਂ ਮੈਂ ਤੁਹਾਨੂੰ ਕੱਪੜਾ ਦੇਣਾ, ਕੱਪੜੇ 'ਚ ਉਹਨੇ ਬੰਨ ਕੇ ਪਤਾ ਨਹੀਂ ਹੁੰਦੀ ਕਿੰਨੇ ਕਾਗਜ਼ ਬਣੇ ਪਏ ਸੀ ਅਖਬਾਰ ਦੇ, ਤੇ ਉਹਦੇ 'ਚ ਬੰਨਤੇ ਆ। ਮੈਨੂੰ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ, ਤੇ ਕਹਿੰਦਾ ਘਰੇ ਜਾ ਕੇ ਖੋਲ੍ਹਿਓ। ਮੈਂ ਘਰੇ ਕਿਸੇ ਨਾਂ ਦੇ ਆਦਮੀ ਨੂੰ ਵੀ ਨਾ ਦੱਸੀਏ, ਕਹਿੰਦੇ ਨਹੀਂ ਘਰੇ ਤਾਂ ਦੱਸੋ ਗਈ, ਤੇ ਫਿਰ ਜੇ ਖੋਲ੍ਹਿਆ ਦੇ ਵਿੱਚ ਕੋਈ ਨਿਕਲਣਾ ਸੀ ਖਾਲੀ, 100 ਰੁਪਇਆ ਵੀ ਕੋਈ, ਚੂੜੀਆਂ ਵੀ ਕੋਈ। ਚੋਰ ਲੱਭ ਜਾਣ, ਹੋਰ ਅਸੀਂ ਚੂੜੀਆਂ ਸਾਡੀਆਂ ਮਿਲਣੀਆਂ ਚਾਹੀਦੀਆਂ ਨੇ, ਮਿਲਣੀਆਂ ਚਾਹੀਦੀਆਂ ਨੇ ਵੀ ਕਿਵੇਂ ਦੇ ਕਿਵੇਂ 10 ਵਜੇ ਦਾ ਵੀ ਨਹੀਂ ਟਾਈਮ ਹੈਗਾ ਸੀ, ਤੇ ਦਿਨ ਦਿਹਾੜੇ ਵੀ ਸੜਕ ਤੇ ਵੀ ਇਹ ਹਾਸਾ ਕਰਕੇ ਚਲੇ ਗਏ।